जेकर जियांगे जियांगे अणक दे नाल, जेकर मरांगे मरांगे शान दे नाल, असी पुत हां गुरु दशमेश जी दे, असी पुत हां गुरु दशमेश जी दे, सदा सच दे पक्ष ते अड़न वाले, सदा सच दे पक्ष ते अड़न वाले। चाहिदी मैं चाहना हाँ भी जो भी मैनू मिलना आए ज फिर मेरी हेल्प करना चाहता आ तो मेरी सत श्रीकाल तुसी देख रहे हो द सिटी हेडलाइन ते मैं तुहाडे नाल दीप्ति शर्मा। कई बार आप रस्ते चो लंघदे आ आप देखते हैं कि निके निके बच्चे जिहड़े आ भीख मंगदे ने एक दू मतलब कि बड़े बुरा लगता सानू देख के कि जदों निके निके बच्चे जिन्हां दी उम्र 10-5 साल हुंदी आ उह आके भीख मंगदे ने ते चंगा भी नहीं लगता। साडे जेब चो किते ना किते 10-15-20-25 आपां फड़ाई जाने उह बच्चियां नूं, पर इत्थे ही एक बड़ा मतलब समझदार मुंडे नाल आपां अज तुहाडी मुलाकात करावांगे, सरदार जी नाल आपां तुहाडी मुलाकात करवावांगे जिहड़े सिर्फ 10 साल दे ने ते उहनां ने उहनां दे मतलब इन्ना सोचिया अपने घरदिआं बारे अपनी पढ़ाई बारे, इन्ना उहनां नूं टेंशन है, इन्ना उहनां दा सोचना आ कि उह कहिंदे कि मैं भीख नहीं मंगूंगा, मैं कदी भी किसे कोल हत्थ फैला के पैसे मंगण नहीं जाऊंगा, मैं अपनी मेहनत नाल खुद कमाऊंगा ते अपने घर वालिआं दा वी जिहड़ा आ गुजारा पूरा करूंगा। ਇੱਦਾਂ ਦੇ ਇੱਕ ਸਰਦਾਰ ਜੀ ਨਾਲ ਤੁਹਾਨੂੰ ਮਿਲਾਉਂਦੇ ਹਾਂ, ਆਓ ਦੇਖਦੇ ਹਾਂ ਉਹ ਕੀ ਕਹਿੰਦੇ ਨੇ, ਉਹਨਾਂ ਨੂੰ ਕਿਹੜੀ ਕਿਹੜੀ ਜਿਹੜੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਅਤੇ ਇਸ ਟਾਈਮ 'ਤੇ ਅਸੀਂ ਖੜ੍ਹੇ ਹਾਂ ਲੁਧਿਆਣਾ ਦੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਬਿਲਕੁਲ ਸਾਹਮਣੇ, ਅਤੇ ਉਸੇ ਗੁਰਦੁਆਰੇ ਦੇ ਸਾਹਮਣੇ ਜਿਹੜਾ ਨਿੱਕਾ ਜਿਹਾ ਬੱਚਾ ਹੈ ਰੇੜੀ ਲਾਉਂਦਾ, ਆਓ ਦੇਖਦੇ ਹਾਂ ਕੀ ਕਹਿੰਦਾ ਉਹ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਅਨੰਤਪ੍ਰੀਤ ਸਿੰਘ। ਸਿੰਘ, ਕਿੰਨੇ ਸਾਲ ਦੇ ਤੁਸੀਂ? 10 ਸਾਲ। 10 ਸਾਲ ਜਿਹੜੀ ਰੇੜੀ ਲਾ ਰਹੇ ਹੋ, ਕੀ ਗੱਲ ਹੋ ਗਈ ਕਿ ਤੁਹਾਨੂੰ ਇੱਥੇ ਰੇੜੀ ਲਾਉਣੀ ਪਈ? ਜਦੋਂ ਕਰੋਨਾ ਚੱਲ ਰਿਹਾ ਸੀਗਾ ਲੋਕਡਾਊਨ ਦੇ ਟਾਈਮ ਵਿੱਚ, ਉਸ ਟਾਈਮ ਸਾਡੀ ਆਨਲਾਈਨ ਪੜ੍ਹਾਈ ਰੁਕ ਗਈ ਸੀਗੀ ਕਿ ਫੀਸ ਨਹੀਂ ਦਿੱਤੀ ਜਾ ਰਹੀ ਸੀ, ਫਿਰ ਤਾਂ ਕਰਕੇ ਅਸੀਂ ਫਰੂਟ ਕੇਲਿਆਂ ਦੀ ਰੇੜੀ ਲਈ।
ਤੇ ਜਿੱਦਾਂ ਹੁਣ ਬੜੀ ਨਿੱਕੀ ਜਿਹੀ ਉਮਰ ਹੈ ਤੁਹਾਡੀ 10 ਸਾਲ ਦੇ ਹੋ ਆਪਾਂ ਕਈ ਵਾਰੀ ਦੇਖਦੇ ਨਾ ਆਪਾਂ ਰਸਤੇ 'ਚ ਜਾਂਦੇ ਹਾਂ ਬੱਚੇ ਭੀਖ ਮੰਗਦੇ ਹੁੰਦੇ ਆ ਠੀਕ ਹੈ ਕਈ ਇੱਦਾਂ ਦੀ ਚੀਜ਼ਾਂ ਸਾਨੂੰ ਨਜ਼ਰ ਆ ਜਾਂਦੀਆਂ ਕਿ ਸਾਨੂੰ ਹੁੰਦਾ ਕਿ ਬਈ ਬੱਚੇ ਨੂੰ ਚਲੋ ਦੇ ਦਿਉ ਪਰ ਤੁਸੀਂ ਇੰਨੇ ਹੁਸ਼ਿਆਰ ਹੋ ਤੁਸੀਂ ਇਹ ਸੋਚਿਆ ਕਿ ਬਈ ਮੈਂ ਆਪਣਾ ਆਪ ਗੁਜ਼ਾਰਾ ਕਰੂੰਗਾ ਮੈਂ ਭੀਖ ਨਹੀਂ ਮੰਗੂੰਗਾ ਮੈਂ ਆਪਣੇ ਮਿਹਨਤ ਨਾਲ ਜਿਹੜਾ ਕਮਾਊਂਗਾ ਇਹ ਕਿਉਂ ਸੋਚਿਆ ਤੁਸੀਂ ਮਤਲਬ ਕੁਝ ਹੋਰ ਵੀ ਸੋਚ ਸਕਦੇ ਸੀਗੇ ਰੇੜੀ ਲਾਉਣ ਤੋਂ ਇਲਾਵਾ ਜਿੰਨੀ ਸਾਡੀ ਸੱਗਿਆ ਸੀਗੀ ਉਨਾ ਅਸੀਂ ਸੋਚਿਆ ਤੇ ਲਾਇਆ ਤਾਂ ਕਰਕੇ ਤੇ ਹੁਣ ਤੁਸੀਂ ਦੱਸੋ ਕਿ ਕਿਹੜੇ ਕਿਹੜੇ ਜਿਹੜੇ ਪ੍ਰੋਬਲਮਸ ਆ ਤੁਹਾਨੂੰ ਫੇਸ ਕਰਨ ਨੂੰ ਮਿਲ ਰਹੀ ਹੈ ਕੀ ਹੋ ਰਿਹਾ ਤੁਹਾਡੇ ਨਾਲ ਜਿੱਦਾਂ ਤੁਸੀਂ ਬੜੇ ਨਿੱਕੇ ਜਿਹੇ ਹੋ ਤੁਹਾਨੂੰ ਨਿੱਕੀ ਜਿਹੀ ਉਮਰ 'ਚ ਤੁਸੀਂ ਇੰਨਾ ਐਕਸਪੀਰੀਅੰਸ ਲੈ ਰਹੇ ਹੋ ਕਮਾਉਣ ਦਾ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਚੱਕਣੀ ਸਿੱਖ ਰਹੇ ਹੋ ਕੀ ਗੱਲ ਹੋਈ ਇੱਦਾਂ ਦੀ ਕੀ ਚਾਹੁੰਦੇ ਹੋ ਕੀ ਦੱਸੋ ਸਾਰੀ ਜਾਣਕਾਰੀ ਨਾ ਜਿਹੜੇ ਦਰਸ਼ਕਾਂ ਨੂੰ ਦਿਓ ਉਹੀ ਫਿਰ ਲੋਕਡਾਊਨ 'ਚ ਸਾਡੀ ਪੜ੍ਹਾਈ ਰੁਕ ਗਈ ਸੀਗੀ ਫਿਰ ਅਸੀਂ ਦੋਨਾਂ ਭਰਾਵਾਂ ਨੇ ਫੈਸਲਾ ਕੀਤਾ ਕਿ ਫਰੂਟ ਦੀ ਰੇੜੀ ਲਾਈਏ ਫਿਰ ਮੈਂ ਸਕੂਲ ਚਲ ਜਾਂਦਾ ਸੀਗਾ ਸਕੂਲੋਂ 3:30 ਆਉਂਦਾ ਸੀਗਾ ਅਤੇ ਫਿਰ ਅਸੀਂ ਆ ਕੇ ਰੇੜੀ ਖੋਲ੍ਹਦੇ ਸੀ ਪਰ ਕੇਲੇ ਜਿਹੜੇ ਆ ਸਾਡੇ ਖਰਾਬ ਹੋ ਜਾਂਦੇ ਸੀਗੇ ਫਿਰ ਅਸੀਂ ਮੰਮਾ ਨੂੰ ਕਿਹਾ ਵੀ ਅਸੀਂ ਤੁਸੀਂ ਸਾਡੀ ਹੈਲਪ ਕਰੋ ਵੀ ਅਸੀਂ ਜਿਹੜਾ ਆ ਉੱਪਰ ਜਿਹੜਾ ਆ ਕੀ ਕਹਿੰਦੇ ਆਪਾਂ ਪਹਿਲਾਂ ਖੋਲ੍ਹ ਕੇ ਜਾਵਾਂਗੇ ਸਵੇਰੇ ਖੋਲ੍ਹ ਕੇ ਚਲ ਜਾ ਕਰਾਂਗੇ ਅਤੇ ਫਿਰ ਬਾਅਦ 'ਚ ਸਾਰਾ ਦਿਨ ਫਿਰ ਤੁਸੀਂ ਖੜ੍ਹ ਜਾ ਕਰੋ ਫਿਰ ਸਕੂਲ ਤੋਂ ਆ ਕੇ ਮੈਂ ਖੜ੍ਹ ਜਾ ਕਰੂੰਗਾ ਤੁਸੀਂ ਕਿਹੜੀ ਕਲਾਸ 'ਚੋਂ ਵੈਸੇ 5th ਕਿਹੜੇ ਸਕੂਲ 'ਚ ਪੜ੍ਹਦੇ RS ਮਾਡਲ ਅਤੇ ਕਦੀ RS ਮਾਡਲ ਸਕੂਲ ਦੇ ਟੀਚਰਸ ਵੱਲੋਂ ਬੱਚਿਆਂ ਵੱਲੋਂ ਜਾਂ ਇੱਦਾਂ ਕਿਸੇ ਵੱਲੋਂ ਵੀ ਇੱਦਾਂ ਮਦਦ ਵਾਸਤੇ ਅੱਗੇ ਨਹੀਂ ਆਏ ਹੋ ਕਿ ਚੱਲ ਪੁੱਤ ਆਪਾਂ ਤੇਰੀ ਮਦਦ ਕਰ ਦਿੰਦੇ ਹਾਂ ਨਹੀਂ ਭਰਾ ਕੀ ਕਰਦਾ ਲਵਲੀ ਯੂਨੀਵਰਸਿਟੀ ਪੜ੍ਹਦੇ ਆ ਉਹ ਕਿੰਨੇ ਸਾਲ ਦੇ ਨੇ ਉਹ 20 ਸਾਲ ਦੇ ਅਤੇ ਉਹ ਵੀ ਤੁਹਾਡੇ ਨਾਲ ਹੈਲਪ ਕਰਾਉਂਦੇ ਸੀਗੇ ਪਹਿਲਾਂ ਹਾਂਜੀ ਪਹਿਲਾਂ ਕਰਾਉਂਦੇ ਸੀ ਹੁਣ ਉਹਨਾਂ ਦੀ ਯੂਨੀਵਰਸਿਟੀ ਖੁੱਲ੍ਹ ਗਈ ਅਤੇ ਚਲੇ ਗਏ ਜਿੱਦਾਂ ਤੁਸੀਂ ਮੈਂ ਜਦੋਂ ਤੁਹਾਡੇ ਨਾਲ ਗੱਲਬਾਤ ਕੀਤੀ ਤੁਸੀਂ ਦੱਸਿਆ ਕਿ ਤੁਹਾਡੇ ਭਰਾ ਦੀ ਜਿਹੜੀ ਫੀਸ ਰੁਕੀ ਹੋਈ ਸੀਗੀ ਤੁਹਾਡੀ ਵੀ ਫੀਸ ਰੁਕੀ ਹੋਈ ਸੀਗੀ ਅਤੇ ਤੁਹਾਡੀ ਕਲਾਸਾਂ ਬੰਦ ਕਰਾਤੀਆਂ ਸਕੂਲ ਵਾਲੇ ਨੇ ਉਹ ਤੋਂ ਥੋੜ੍ਹਾ ਦੱਸੋ ਕੀ ਗੱਲ ਕੀ ਹੋਈ ਸੀ ਉਹ ਤਾਂ ਫੀਸ ਨਹੀਂ ਦਿੱਤੀ ਜਾ ਰਹੀ ਸੀ ਤਾਂ ਹੀ ਕਲਾਸਾਂ ਰੁਕਾਈਆਂ ਸੀਗੀਆਂ ਉਹਨਾਂ ਨੇ ਫਿਰ ਅਸੀਂ ਬਜਾਜ ਵਾਲਿਆਂ ਤੋਂ ਲੋਨ ਲਿੱਤਾ ਅਤੇ ਫਿਰ ਅਸੀਂ 1,00,000 ਰੁਪਏ ਲੋਨ ਲਿੱਤਾ ਫਿਰ ਅਸੀਂ ਉਹਨਾਂ ਦੀ ਫੀਸ ਉਤਾਰੀ ਸੀ ਹਜੇ ਤੁਸੀਂ ਲੋਨ ਲੈ ਕੇ ਫਿਰ ਹੁਣ ਤੁਸੀਂ ਵਿਆਜ ਚੁਕਾਓਗੇ ਤਾਂ ਕਿਤੇ ਤੁਹਾਡਾ ਜਿਹੜਾ ਆ ਪੂਰਾ ਭਰਾ ਦੀ ਫੀਸ ਜਾਏਗੀ ਵਿਆਜ ਉਤਰੂਗਾ ਹਾਂਜੀ ਅਤੇ ਮੰਮੀ ਡੈਡੀ ਨੇ ਕਦੇ ਬੋਲੇ ਕਿ ਪੁੱਤ ਨਾ ਰੇੜੀ ਲਾ ਕਿ ਤੁਹਾਡੀ ਆਪਣੀ ਇੱਛਾ ਸੀਗੀ ਕਿ ਨਹੀਂ ਮੈਂ ਆਪਣੇ ਆਪ ਕਮਾ ਕੇ ਖਾਊਂਗਾ ਮੈਂ ਤੁਹਾਡੀ ਵੀ ਹੈਲਪ ਕਰਾਂਗਾ ਆਪਣੀ ਇੱਛਾ ਸੀਗੀ ਹਾਂਜੀ ਇਹ ਤਾਂ ਮੰਮੀ ਡੈਡੀ ਨੇ ਟੋਕਿਆ ਤਾਂ ਨਹੀਂ ਕਿ ਬਈ ਨਹੀਂ ਪੁੱਤ ਆਪਾਂ ਇੱਦਾਂ ਰੇੜੀ ਨਹੀਂ ਲਾਣੀ ਜੇ ਇੱਦਾਂ ਕਰਕੇ ਕੁਛ ਨਹੀਂ ਉਹ ਤਾਂ ਕਹਿੰਦੇ ਆ ਮੰਗਣ ਨਾਲ ਚੰਗਾ ਮਿਹਨਤ ਚੰਗੀ ਆ ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ ਮੰਮੀ ਡੈਡੀ ਦੀ ਵੀ ਸੋਚ ਬਹੁਤ ਵਧੀਆ ਆ ਪਰ ਤੁਸੀਂ ਹੁਣ ਥੋੜ੍ਹਾ ਦੱਸੋ ਕਿ ਜਿੱਦਾਂ ਤੁਸੀਂ ਦੱਸਿਆ ਕਿ ਪਹਿਲੇ ਵੀ ਕਈ ਚੈਨਲ ਆਏ ਸੀਗੇ ਉਹਨਾਂ ਵੱਲੋਂ ਕੀ ਹੈਲਪ ਮਿਲੀ ਤੁਹਾਨੂੰ ਕੀ ਹੋਇਆ ਸਾਰਾ ਕੁਝ ਦੱਸੋ ਹਲੇ ਤਾਂ ਕੋਈ ਹੈਲਪ ਨਹੀਂ ਮਿਲੀ ਕਿੰਨੇ ਚੈਨਲ ਆ ਚੁੱਕੇ ਨੇ 6-7 ਆ ਚੁੱਕੇ ਆ ਤੇ ਕੋਈ ਹੈਲਪ ਨਹੀਂ ਆਈ ਹਜੇ ਤੱਕ ਨਹੀਂ ਜਿਹੜੇ ਤੁਹਾਨੂੰ ਕਿਸ ਹਿਸਾਬ ਦੀ ਹੈਲਪ ਚਾਹੀਦੀ ਹੈ ਮਤਲਬ ਕੁਛ ਦੱਸੋ ਸਾਨੂੰ ਕਿ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਜੋ ਅੱਗੇ ਆ ਕੇ ਤੁਹਾਡੀ ਹੈਲਪ ਕਰਨਾ ਚਾਹੁੰਦੇ ਉਹ ਕਿੱਦਾਂ ਹੈਲਪ ਕਰਨ ਅਤੇ ਕਿਸ ਚੀਜ਼ ਦੀ ਹੈਲਪ ਕਰਨ ਉਹ ਤੁਹਾਨੂੰ ਦੇਖੋ ਸਾਨੂੰ ਤਾਂ ਕੋਈ ਹੈਲਪ ਨਹੀਂ ਚਾਹੀਦੀ ਉਹ ਤਾਂ ਅਸੀਂ ਤਾਂ ਉਹੀ ਲੈ ਸਕਦੇ ਜੋ ਰੱਬ ਸਾਨੂੰ ਦੇਣਾ ਚਾਹੇ ਦੇਖੋ ਮੈਂ ਜਿੱਦਾਂ ਹੁਣ ਆਪਣੀ ਕਮਾਈ ਕਰ ਰਿਹਾ ਵਾਂ ਦੇਖੋ ਅਗਰ ਕੋਈ ਸਾਨੂੰ ਨਹੀਂ ਵੀ ਦਿੰਦਾ ਕੋਈ ਦਿੱਕਤ ਨਹੀਂ ਆ ਅਸੀਂ ਆਪਣਾ ਕਮਾਉਂਦੇ ਹਾਂ ਖਾਂਦੇ ਹਾਂ ਦੇਖੋ ਜੀ ਮੈਨੂੰ ਪੈਸਿਆਂ ਦੀ ਹੈਲਪ ਕੋਈ ਵੀ ਨਹੀਂ ਚਾਹੀਦੀ ਮੈਂ ਚਾਹੁੰਦਾ ਹਾਂ ਵੀ ਜੋ ਵੀ ਮੈਨੂੰ ਮਿਲਣ ਆਵੇ ਜਾਂ ਫਿਰ ਮੇਰੀ ਹੈਲਪ ਕਰਨਾ ਚਾਹੁੰਦਾ ਆ ਅਤੇ ਉਹ ਮੇਰੀ ਹੈਲਪ ਕਰੇ ਵੀ ਮੇਰਾ ਸਮਾਨ ਖਰੀਦੇ ਵਗੈਰਾ ਵਗੈਰਾ ਮੇਰਾ ਸਮਾਨ ਖਰੀਦੇ ਅਤੇ ਮੇਰੀ ਇਹਦੇ 'ਚ ਹੀ ਬਹੁਤ ਜ਼ਿਆਦਾ ਹੈਲਪ ਹੋ ਜਾਊਗੀ ਜਿੱਦਾਂ ਤੁਸੀਂ ਮੈਨੂੰ ਗੱਲਬਾਤ 'ਚ ਦੱਸਿਆ ਸੀਗਾ ਕਿ ਤੁਸੀਂ ਰੈਂਟ 'ਤੇ ਰਹਿੰਦੇ ਹੋ ਜਿਹੜੀ ਆ ਰੇੜੀ ਆ ਉਹ ਵੀ ਰੈਂਟ ਦੀ ਹੈ ਇਹ ਰੈਂਟ ਦਾ ਖਰਚਾ ਕਿੰਨਾ ਪੈਂਦਾ ਆ ਅਤੇ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਘਰ ਦਾ ਰੈਂਟ 4,500 ਰੁਪਏ ਆ ਅਗਰ ਮੰਮੀ ਪਾਪਾ ਰੈਂਟ ਦਿੰਦੇ ਆ ਤਾਂ ਫੀਸਾਂ ਰਹਿ ਜਾਂਦੀਆਂ ਸਕੂਲ ਦੀਆਂ ਅਗਰ ਫੀਸਾਂ ਦਿੰਦੇ ਆ ਰੈਂਟ ਰਹਿ ਜਾਂਦਾ ਘਰ ਦਾ ਕਿਸੇ ਘਰੇ 2 ਮਹੀਨੇ ਟਿਕਦੇ ਆ ਕਿਸੇ ਘਰੇ 4 ਮਹੀਨੇ ਇੱਦਾਂ ਹੀ ਮਤਲਬ ਪਲੇਸ ਬਦਲਣੀ ਪੈਂਦੀ ਹੈ ਬਾਰ ਬਾਰ ਕਿ ਕਿਤੇ ਸਾਨੂੰ ਸਾਡਾ ਰਿਹਾਇਸ਼ ਕਿਤੇ ਆਪਾਂ ਰਹਿਣ ਨੂੰ ਟਿਕ ਜਾਈਏ ਕਿਤੇ ਹਾਂਜੀ ਅਤੇ ਜਿੰਨਾ ਰੇੜੀ ਦਾ ਖਰਚਾ ਕਿੰਨਾ ਪੈ ਜਾਂਦਾ ਤੁਹਾਨੂੰ 600 ਰੁਪਏ ਮਹੀਨਾ ਰੋਜ਼ ਦੇ 20 ਰੁਪਏ ਅਸੀਂ ਗੋਲਕ 'ਚ ਵੀ ਪਾਉਂਦੇ ਹਾਂ ਅਤੇ 10 ਰੁਪਏ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਵੀ ਕੱਢਦੇ ਹਾਂ ਮਤਲਬ ਬਾਬਾ ਜੀ ਦੇ ਨਾਮ 'ਤੇ ਵੀ ਪੈਸੇ ਕੱਢਦੇ ਹੋ ਹੈ ਹਾਂਜੀ ਤੇ ਜਿੱਦਾਂ ਹੁਣ ਤੁਸੀਂ ਗੁਰਦੁਆਰੇ ਦੇ ਬਾਹਰ ਖੜੇ ਹੋ ਕਈ ਲੋਕ ਆਉਂਦੇ ਹੋਣੇ ਤੁਹਾਨੂੰ ਦੇਖਦੇ ਹੋਣੇ ਨਿੱਕੇ ਜਿਹੇ ਨੂੰ ਕੰਮ ਕਰਦੇ ਨੂੰ ਕਦੀ ਉਹਨਾਂ ਨੇ ਨਹੀਂ ਕਿਹਾ ਕਿ ਬਈ ਆਹ ਪੁੱਤ ਤੈਨੂੰ ਮੈਂ ਸਮਾਨ ਖਰੀਦਾਂ ਤੇਰਾ ਜਾਂ ਇੱਦਾਂ ਕਰਕੇ ਕੁਛ ਖਰੀਦਦੇ ਆ ਉਹ ਤਾਂ ਖਰੀਦਦੇ ਆ ਕਈ ਲੋਕ ਫੋਟੋਆਂ ਵੀ ਖਿਚਾਉਂਦੇ ਆ ਹੁਣ ਜੇ ਕਈ ਇਹਨਾਂ ਨੇ ਵੀਡੀਓਜ਼ ਦੇਖੀ ਆ ਮੇਰੀ ਇੱਕ ਪਰਸੋਂ ਹੀ 2 ਮੁੰਡੇ ਆਏ ਸੀ ਫਰੀਦਕੋਟ ਅਤੇ ਉਹ ਮੇਰੇ ਨਾਲ ਫੋਟੋਆਂ ਖਿਚਾ ਕੇ ਗਏ 2 ਦਰਜਨ ਕੇਲੇ ਵੀ ਲੈ ਕੇ ਗਏ ਸੀਗੇ ਹਾਂਜੀ ਅਤੇ ਹੋਰ ਕਿਹੜੀ ਕਿਹੜੀ ਚੀਜ਼ਾਂ ਚਾਹੁੰਦੇ ਹੋ ਤੁਸੀਂ ਸਾਰਾ ਐਕਸਪਲੇਨ ਕਰੋ ਕਿ ਲੋਕ ਤੁਹਾਡੀ ਹੈਲਪ ਕਰਨ ਅੱਗੇ ਆ ਕੇ ਮੈਂ ਵੱਡਾ ਹੋ ਕੇ ਤਬਲਾ ਵਾਤਕ ਬਣਨਾ ਚਾਹੁੰਦਾ ਅੱਛਾ ਤਬਲਾ ਵਾਤਕ ਬਣਨਾ ਚਾਹੁੰਦੇ ਹਾਂਜੀ ਪੱਕਾ ਹੈ ਨਾ
ਇਹੀ ਡ੍ਰੀਮ ਹੈ। ਹਾਂਜੀ ਜੇ ਤੁਹਾਨੂੰ ਕੋਈ ਇਧਰ ਟੀਚਰ ਮਿਲ ਜਾਏਗੀ ਜਿਹੜਾ ਤੁਹਾਨੂੰ ਤਬਲਾ ਵਜਾਉਣਾ ਸਿਖਾਵੇ, ਠੀਕ ਹੈ, ਇਧਰ ਚੀਜ਼ਾਂ ਸਾਰੀਆਂ ਜਿੰਨਾ ਤੁਹਾਡਾ ਸ਼ੌਂਕ ਉਹ ਤੁਹਾਨੂੰ ਸਿਖਾਉਣਾ ਚਾਹੇ ਅੱਗੇ ਵਧਿਆ ਤੇ ਤੁਸੀਂ ਜਾਓਗੇ ਉਹਨਾਂ ਦਾ ਸਿੱਖਿਅਕ ਬਣੋਗੇ? ਹਾਂਜੀ ਉਹਨਾਂ ਨੂੰ ਪੂਰੇ ਮਤਲਬ ਕਿ ਉਹਨਾਂ ਦੇ ਮਤਲਬ ਵਿਦਿਆਰਥੀ ਬਣ ਕੇ ਪੂਰੀ ਤਰ੍ਹਾਂ ਜਾਓਗੇ ਉੱਥੇ? ਹਾਂਜੀ ਪੁੱਤ ਜਿੱਦਾਂ ਹੁਣ ਤੁਸੀਂ ਪੜ੍ਹਦੇ ਹੋ, ਠੀਕ ਹੈ, ਤੁਹਾਨੂੰ ਤੁਸੀਂ ਤਬਲਾ ਵਾਤਕ ਬਣਨਾ ਚਾਹੁੰਦੇ ਹੋ, ਠੀਕ ਹੈ, ਤੁਹਾਨੂੰ ਕੁਝ ਆਉਂਦਾ ਆ ਕਿ ਲੋਕੀ ਕਹਿਣਗੇ ਵੀ ਹਾਂ ਵੀ ਮੁੰਡੇ ਨੇ ਤਾਂ ਟੈਲੈਂਟ ਵੀ ਬੜਾ ਭਰਿਆ ਹੋਇਆ? ਹਾਂਜੀ ਕਵਿਤਾ ਆਉਂਦੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਕਵਿਤਾ ਦਾ ਵਿਸ਼ਾ ਹੈ ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ, ਜੇਕਰ ਮਰਾਂਗੇ ਮਰਾਂਗੇ ਸ਼ਾਨ ਦੇ ਨਾਲ। ਅਸੀਂ ਪੁੱਤ ਹਾਂ ਗੁਰੂ ਦਸ਼ਮੇਸ਼ ਜੀ ਦੇ, ਅਸੀਂ ਪੁੱਤ ਹਾਂ ਗੁਰੂ ਦਸ਼ਮੇਸ਼ ਜੀ ਦੇ, ਸਦਾ ਸੱਚ ਦੇ ਪੱਖ 'ਤੇ ਅੜਨ ਵਾਲੇ, ਸਦਾ ਸੱਚ ਦੇ ਪੱਖ 'ਤੇ ਅੜਨ ਵਾਲੇ। ਦੇਸ਼ ਕੌਮ ਅਤੇ ਧਰਮ ਦੀ ਸ਼ਮਾ ਉੱਤੇ, ਦੇਸ਼ ਕੌਮ ਅਤੇ ਧਰਮ ਦੀ ਸ਼ਮਾ ਉੱਤੇ ਅਸੀਂ ਵਾਂਗ ਪਤੰਗਿਆ ਸੜਨ ਵਾਲੇ, ਅਸੀਂ ਵਾਂਗ ਪਤੰਗਿਆ ਸੜਨ ਵਾਲੇ। ਅਸੀਂ ਡਰਦੇ ਨਹੀਂ ਕਦੇ ਵੀ ਮੌਤ ਕੋਲੋਂ, ਅਸੀਂ ਡਰਦੇ ਨਹੀਂ ਕਦੇ ਵੀ ਮੌਤ ਕੋਲੋਂ। ਹੱਸ ਹੱਸ ਕੇ ਚਰਖੜੀਆਂ ਚੜਨ ਵਾਲੇ, ਹੱਸ ਹੱਸ ਕੇ ਚਰਖੜੀਆਂ ਚੜਨ ਵਾਲੇ। ਸੀਸ ਰੱਖ ਕੇ ਆਪਣਾ ਤਲੀ ਉੱਤੇ, ਸੀਸ ਰੱਖ ਕੇ ਆਪਣਾ ਤਲੀ ਉੱਤੇ। ਗਲੀ ਯਾਰ ਦੀ ਫੇਰਾਂ ਵੜਨ ਵਾਲੇ, ਗਲੀ ਯਾਰ ਦੀ ਫੇਰਾਂ ਵੜਨ ਵਾਲੇ। ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ, ਅਸੀਂ ਜਨਮੇ ਹਾਂ ਖੰਡੇ ਦੀ ਧਾਰ ਵਿੱਚੋਂ। ਅਤੇ ਵੱਧੇ ਫੁੱਲੇ ਹਾਂ ਕਿਰਪਾਨ ਦੇ ਨਾਲ, ਅਤੇ ਵੱਧੇ ਫੁੱਲੇ ਹਾਂ ਕਿਰਪਾਨ ਦੇ ਨਾਲ। ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ, ਜੇਕਰ ਮਰਾਂਗੇ ਮਰਾਂਗੇ ਸ਼ਾਨ ਦੇ ਨਾਲ। ਜੇਕਰ ਜੀਵਾਂਗੇ ਜੀਵਾਂਗੇ ਅਣਖ ਦੇ ਨਾਲ, ਜੇਕਰ ਮਰਾਂਗੇ ਮਰਾਂਗੇ ਸ਼ਾਨ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਇਹ ਤਾਂ ਬਹੁਤ ਵਧੀਆ ਗੱਲ, ਮਤਲਬ ਤੁਹਾਡੇ ਅੰਦਰ ਟੈਲੈਂਟ ਵੀ ਹੈ, ਠੀਕ ਹੈ, ਤੁਸੀਂ ਵਧੀਆ ਸੋਚ ਵੀ ਰੱਖਦੇ ਹੋ, ਠੀਕ ਹੈ। ਤੁਸੀਂ ਮਤਲਬ ਆਪਣੇ ਮਾਂ ਪਿਓ ਨੂੰ ਕਿੱਦਾਂ ਦਾ ਫੀਲ ਕਰਾਉਣਾ ਚਾਹੁੰਦੇ ਹੋ ਇਹ ਫਿਊਚਰ, ਇਹ ਵੀ ਦੱਸੋ ਥੋੜ੍ਹਾ ਜਿਹਾ। ਮੈਂ ਤਾਂ ਇਹੀ ਕਰਾਉਣਾ ਚਾਹੁੰਦਾ ਵੀ ਉਹਨਾਂ ਨੂੰ ਕੋਈ ਦੁੱਖ ਦਰਦੀ ਨਾ ਹੋਵੇ, ਜਿੱਦਾਂ ਕਿ ਹੁਣ ਜਿੱਦਾਂ ਹੁਣ ਸਾਨੂੰ ਉਹ ਪੜ੍ਹਾ ਸਕਦੇ ਆ। ਹੁਣ ਦੇਖੋ ਪਹਿਲਾਂ ਤਾਂ ਸਾਡੇ 'ਚ ਇੰਨੇ ਮਤਲਬ ਉਹ ਨਹੀਂ ਹੈਗੀ ਕਮਾਈ ਦੀ, ਸਾਨੂੰ ਉਹ ਹੈਗੀ ਆ ਅਤੇ ਕੀ ਕਹਿੰਦੇ ਆ, ਮੈਂ ਇਹੀ ਚਾਹੁੰਦਾ ਵਾਂ ਵੀ ਮੈਂ ਆਪਣੇ ਮਾਂ ਪਿਓ ਨੂੰ ਕਦੀ ਦੁਖੀ ਨਹੀਂ ਦੇਖ ਸਕਦਾ। ਇਹੀ ਇਹ ਛੋਟਾ ਜਿਹਾ ਮੁੰਡਾ ਮਤਲਬ ਇੰਨੀ ਵੱਡੀ ਵੱਡੀ ਸੋਚ ਰੱਖਦੇ ਆ, ਮਤਲਬ ਬਹੁਤ ਘੱਟ ਬੱਚੇ ਮਿਲਦੇ ਅੱਜ ਕੱਲ੍ਹ ਜਿਹੜੀ ਇੰਨੀ ਉੱਚੀ ਸੋਚ ਰੱਖਦੇ ਆ। ਕਹਿੰਦੇ ਅਸੀਂ ਮਾਂ ਪਿਓ ਨੂੰ ਮਤਲਬ ਕਿ ਹਵਾ ਦੇ ਸੈਰ ਕਰਾਉਣਾ ਚਾਹੁੰਦੇ ਹਾਂ, ਮਾਂ ਪਿਓ ਨੂੰ ਕੋਈ ਦਿੱਕਤ ਦੀ ਪਰੇਸ਼ਾਨੀ ਜਿਹੜੀ ਆ ਉਹਦਾ ਸਾਹਮਣਾ ਨਹੀਂ ਕਰਵਾਉਣਾ ਚਾਹੁੰਦੇ। ਇੱਕ ਨਿੱਕਾ ਜਿਹਾ ਬੱਚਾ ਆ, ਤੁਸੀਂ ਦੇਖ ਸਕਦੇ ਹੋ, 10 ਸਾਲ ਦਾ ਬੱਚਾ ਜਿਹੜੀ ਇੰਨੀ ਮਿਹਨਤ ਕਰਦਾ ਆ, ਸਕੂਲ ਜਾਣ ਤੋਂ ਬਾਅਦ 3 ਵਜੇ ਤੋਂ ਬਾਅਦ ਇੱਥੇ ਆ ਕੇ ਰੇਹੜੀ ਲਾਉਂਦਾ। ਇਹਦਾ ਇਹੀ ਕਹਿਣਾ ਹੈ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਹੈ, ਮੇਰਾ ਆ ਕੇ ਸਿਰਫ ਸਮਾਨ ਖਰੀਦੋ, ਮੇਰੇ ਵਾਸਤੇ ਉਹੀ ਬਹੁਤ ਵੱਡੀ ਚੀਜ਼ ਹੈ। ਅਤੇ ਤੁਸੀਂ ਵੀ ਜ਼ਰੂਰ ਸਾਂਝਾ ਕਰੋ ਸਾਡੇ ਨਾਲ ਕਿ ਤੁਸੀਂ ਇਸ ਮੁੰਡੇ ਦੀ ਹੈਲਪ ਜਿਹੜੀ ਹੈ ਕਿੱਦਾਂ ਕਰ ਸਕਦੇ ਹੋ, ਕਿੱਦਾਂ ਅੱਗੇ ਵੱਧ ਸਕਦੇ ਹੋ, ਕਿਉਂਕਿ ਬੱਚੇ ਦਾ ਸਿਰਫ ਇਹੀ ਕਹਿਣਾ ਹੈ ਕਿ ਤੁਸੀਂ ਆਓ, ਸਾਡੀ ਹੈਲਪ ਕਰੋ, ਸਾਡਾ ਸਮਾਨ ਖਰੀਦੋ, ਸਾਨੂੰ ਮਤਲਬ ਕਿ ਦੁਆਵਾਂ ਦਵੋ ਅਤੇ ਕਿ ਆਪਾਂ ਅੱਗੇ ਵੱਧ ਸਕੀਏ। ਅਤੇ ਇਹਦੀ ਹੋਰ ਨਵੀਂ ਅਪਡੇਟਸ ਵਾਸਤੇ ਜੁੜੇ ਰਹੋ ਦ ਸਿਟੀ ਹੈਡਲਾਈਨ। ਮੈਂ ਹਾਂ ਦਿੱਤੀ ਸ਼ਰਮਾ, ਕੈਮਰਾਮੈਨ ਸਾਗਰ ਗਾਗਰ ਦੇ ਨਾਲ।